ਹਾਂਜੀ ਦੋਸਤੋ ਸਸਿਕਾਲ ਸੇਤ ਅਤੇ ਸ੍ਰੀ ਸਿੱਖਿਆ 8ਵੀਂ ਕਲਾਸ ਬਾਇਓ ਮੰਥਲੀ ਇਗਜ਼ਾਮ ਜਿਹੜੇ ਤੁਹਾਡੇ ਹੋਣੇ ਨੇ ਸੋ ਇਹ ਮਾਡਲ ਟੈਸਟ ਪੇਪਰ ਲੈ ਕੇ ਆ ਕੇ ਆਇਆ ਕਿਸ ਤਰ੍ਹਾਂ ਦਾ ਪੇਪਰ ਤੁਹਾਡੇ ਜਿਹੜਾ ਇਗਜ਼ਾਮ ਤੁਹਾਡਾ ਹੋਏਗਾ 8ਵੀਂ ਕਲਾਸ ਟੋਟਲ ਅੰਕ 20 ਹੋਣਗੇ 1.5 ਘੰਟੇ ਦਾ ਸਮਾਂ ਹੋਏਗਾ ਸੇਤ ਅਤੇ ਸ੍ਰੀ ਸਿੱਖਿਆ ਪੇਪਰ ਦਾ ਨਾਮ ਪਹਿਲੇ 8 ਕੁਐਸਚਨ ਤੁਹਾਡੇ ਉੜੇ ਭਾਗ ਦੇ ਵਿੱਚ ਹੋਣਗੇ ਐਂਬੂਲੈਂਸ ਬੁਝਾਉਣ ਲਈ ਕਿਸ ਨੰਬਰ ਤੇ ਫੋਨ ਕਰਨਾ ਚਾਹੀਦਾ ਹੈ 108 112 100 ਇਹਨਾਂ ਵਿੱਚੋਂ ਕੋਈ ਨਹੀਂ ਪ੍ਰੋਟੀਨ ਕਿੰਨੇ ਪ੍ਰਕਾਰ ਦੇ ਹੁੰਦੇ ਨੇ 2 3 4 5 ਸੰਤੁਲਿਤ ਸੰਤੁਲਿਤ ਭੋਜਨ ਕਿਸ ਨੂੰ ਆਖਦੇ ਨੇ ਅਪਰੋਕਤ ਸਾਰੀ ਜਾਂ ਫਿਰ ਚਰਬੀ ਲੂਣ ਵਿਟਾਮਿਨ ਪ੍ਰੋਟੀਨ ਸੀਪੀਆਰ ਕੀ ਹੁੰਦਾ ਹੈ ਮੁੱਢਲੀ ਸਹਾਇਤਾ ਵਿੱਚ ਡੱਬੇ ਵਿੱਚ ਕਿਹੜਾ ਸਮਾਨ ਹੋਣਾ ਚਾਹੀਦਾ ਚਰਬੀ ਦੇ ਸੋਮੇ ਵਿਟਾਮਿਨ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਵਿਟਾਮਿਨ ਡੀ ਕਿੱਥੋਂ ਮਿਲਦਾ ਆੜੇ ਭਾਗ ਦੇ ਵਿੱਚ ਤੁਹਾਡੇ ਕੋਲ 2 2 ਨੰਬਰ ਦੇ ਕੁਐਸਚਨਸ ਨੇ ਭੋਜਨ ਪਕਾਉਣਾ ਕਿਉਂ ਜ਼ਰੂਰੀ ਹੈ ਸੇ ਇਹ ਤੇ ਸਿਹਤ ਸਿੱਖਿਆ ਦਾ ਪੇਪਰ ਹੈ ਜੋ ਕਿ ਬਾਇਓ ਮਨਥਲੀ ਇਗਜ਼ਾਮ ਤੁਹਾਡਾ ਹੋਣਾ ਹੈ मुढ़ली सहायता तो की भाव है पौष्टिक भोजन किसान आखते हैं भोजन दे सू की लाभ ने विटामिन सी होंगे इसके काम सोमे दुध एक संपूर्ण भोजन है किमें ठीक है ਸੋ ਇਹ ਤੁਹਾਡੇ ਦੋ ਦੋ ਨੰਬਰ ਦੇ ਕੁਐਸਚਨਸ ਨੇ ਐਸਾ ਦਾ ਮਾਡਲ ਟੈਸਟ ਪੇਪਰ ਆਹੇ ਐਸਾ ਦਾ ਪੇਪਰ ਤੁਹਾਨੂੰ ਦੇਖਣ ਨੂੰ ਮਿਲੇਗਾ ਆਪਣੀ ਸਾਰੀ ਤਿਆਰੀ ਕਰ ਲਓ ਜੋ ਵੀ ਤੁਹਾਡਾ ਸਿਲੇਬਸ ਆ ਪੇਪਰ ਕਿਤੋਂ ਵੀ ਕੋਈ ਵੀ ਕੁਐਸਚਨ ਆ ਸਕਦਾ ਸਾਰੀ ਐਗਜ਼ਾਮ ਦੀ ਤਿਆਰੀ ਕਰਕੇ ਜਾਓ ਵਧੀਆ ਪੇਪਰ ਦੋ ਥੈਂਕ ਯੂ ਧੰਨਵਾਦ ਇਹ ਵਾਲੀ ਪੀਡੀਐਫ ਫਾਈਲ ਮੈਂ ਟੈਲੀਗ੍ਰਾਮ ਤੇ ਜਰੂਰ ਅਪਲੋਡ ਕਰ ਦੂੰ ਟੈਲੀਗ੍ਰਾਮ ਨੂੰ ਜੁਆਇਨ ਕਰੋ ਡਿਸਕ੍ਰਿਪਸ਼ਨ ਚ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ ਥੈਂਕ ਯੂ